आज एक बारी भी स्वागत है। आज संस्कृति सांझी होया करदी है ग्रां जसरोटा दी, ते आओ फिर ग्रां दी और सैर करने आ, और किश लभदा ओह भी तुहाडे कन्ने सांझ करने दी कोशिश करने आ। दोस्तों, अज जिस ग्रां की संस्कृति अस तुहाडे कन्ने सांझ करा करने आ, उहदे कन्ने एक इतिहास जुड़े दा। इतिहास तुसें लब्भा करदा साढ़े पिछे जिहड़े बने दे महल, इह है महाराजा जश देव द्वारा बसाए दा जिहड़ा ग्रां जसरोटा दा जिक्र जिहड़ा तुहाडे कन्ने होआ करदा। ते की नहीं अस उस महलें दे बारे च वी तुहानू दस्सिया जिहड़े महलें दे खंडरात अज इत्थे लब्भा करदे ने। एक समां हा जिल्लै इस महल दे विच रौनक हुंदी सी, लोकां दे कन्ने न्याय हुंदा हा, लोक अपने राजे की प्यार करदे हे, ते राजा जिहड़े ने ਉਹ ਪ੍ਰਜਾ ਦੀ ਰੱਖਿਆ ਕਰਦੇ ਹੈ। ਪਰ ਸਮੇਂ ਜਿਹੜਾ ਉਹ ਬੜਾ ਬਲਵਾਨ ਹੈ, ਇੱਕ ਸਮੇਂ ਜਿਹੜਾ ਇੱਕ ਹੱਥਾਂ 'ਚ ਵੱਜਦਾ ਨਹੀਂ ਰਹਿੰਦਾ। ਸਮੇਂ ਦੀ ਕਰਵਟ ਕੰਨੇ ਇਹ ਪਰਦਾ ਭਰੋਚਾ ਜਿਹੜਾ ਬਾਦਸ਼ਾਹੀ ਇਹ ਖਤਮ ਹੋਈ, ਪਰ ਖੰਡਰਾਤ ਜਿਹੜੇ ਨੇ ਅੱਜ ਵੀ ਗਵਾਹੀ ਦਿਆ ਕਰਦੇ ਨੇ ਭਾਈ ਇੱਥੇ ਕਿੰਨੇ ਬਲਵਾਨ ਜਿਹੜੇ ਛਤਰੀਏ ਰਾਜਪੂਤ ਜਿਹੜੇ ਰਾਜੇ ਹੈ ਉਹ ਆਪਣਾ ਰਾਜ ਕਰਦੇ ਹੈ। ਜਸਰੋਟੀਆ ਬਰਾਦਰੀ ਦੇ ਰਾਜਪੂਤ ਜਿਹੜੇ ਨੇ ਉਹਦੇ ਖਾਨਦਾਨੀ ਲੋਕ ਜਿਹੜੇ ਇੱਥੇ ਰਾਜ ਕਰਦੇ ਹੈ। ਅਤੇ ਅੱਜ ਸਾਡੇ ਕੰਨੇ ਅਸ ਦੇਖਿਆ ਕਰਨਾ ਭਾਈ ਇਸ ਗ੍ਰਾਂ ਚ ਘੁੰਮਦੇ ਘੁੰਮਦੇ ਜਿੰਨੇ ਵੀ ਸਾਨੂੰ ਇੱਥੋਂ ਦੇ ਇਹ ਲੱਭਾ ਦੇ ਜਿਹੜੇ ਨਿਸ਼ਾਨ ਲੱਭਾ ਦੇ ਨੇ ਉਹਨੇ ਵੀ ਅਸ ਤੁਹਾਡੇ ਕੰਨੇ ਸਾਂਝ ਕਰਿਆ ਕਰਨਾ, ਪਰ ਇੱਕ ਬਜ਼ੁਰਗ ਬੈਠੇ ਦੇ ਨੇ ਉਹਦੇ ਕੰਨੇ ਗੱਲ ਕਥ ਕਰੀਏ, ਹੋਰ ਕਿਸ ਇੱਥੋਂ ਦੀ ਜਿਹੜੀ ਇਤਿਹਾਸ ਦੇ ਬਾਰੇ 'ਚ ਉਹ ਤੁਹਾਡੇ ਕੰਨੇ ਸਾਂਝ ਕਰਨ ਦੀ ਕੋਸ਼ਿਸ਼ ਕਰਨਾ। ਬਜ਼ੁਰਗ ਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਕਰਨ ਸਿੰਘ ਜਸਰੋਟੀਆ। ਕਰਨ ਸਿੰਘ ਜੀ, ਇਹ ਜਿਹੜੇ ਮਹਿਲੇ ਦਾ ਅਸ ਦਿਖਾ ਕਰਨੇ ਆ ਖੰਡਰਾਤ ਚ ਮੁਖਿਆ ਲੱਭਾ ਕਰਦੇ, ਲੱਗਦਾ ਕੋਈ ਬੜੀ ਵੱਡੀ ਬਾਦਸ਼ਾਹ ਜਿਹੜੀ ਇੱਥੇ ਰਾਜ ਕਰੀਏ ਦੀ ਹੈ, ਕੀ ਇਤਿਹਾਸ ਹੈ ਇਹਦਾ? ਕੁਛ ਸ਼ਬਦਾਂ ਕੰਨੇ ਸਾਡੇ ਦਰਸ਼ਕਾਂ ਲਈ ਅਸ ਤੁਹਾਡੇ ਨਾਲ ਪੁੱਛਣਾ ਚਾਹੁੰਦੇ ਹਾਂ। ਇਹ ਜੀ ਸਾਡੇ ਇੱਥੇ ਪਹਿਲੇ ਰਾਜੇ ਹੋਏ ਨਾ ਜਸ਼ਦੇਵ ਜੀ, ਇਹ 1066 'ਚ ਉਹਨਾਂ ਰਾਜ ਇੱਥੇ ਜਸਰੋਟਾ ਰਾਜ ਜਿਹੜਾ ਹੈ ਇਹ ਸਥਾਪਿਤ ਕੀਤਾ, ਅਤੇ ਉਹਦੇ ਬਾਅਦ ਇਹ ਕੋਈ 820 ਸਾਲ ਜਿਹੜਾ ਇਹ ਰਾਜ ਚੱਲਿਆ। 820 ਸਾਲ ਦੇ ਬਾਅਦ ਆਖਰੀ ਰਾਜਾ ਸਾਡਾ ਜਿਹੜਾ ਨਾ ਉਹ ਭੂਰੀ ਸਿੰਘ ਜੀ ਹੋਏ ਨਾ। ਭੂਰੀ ਸਿੰਘ ਦੇ ਬਾਅਦ ਇੱਥੇ ਦੇ ਇਹ ਖੰਡਰਾਤ ਅੱਜ ਤੁਸੀਂ ਦੇਖਾ ਦਿਓ, ਇਹ ਸਾਰਾ ਇੱਥੋਂ ਦਾ ਜੋ ਵੀ ਸਮਾਨ ਹੈ ਸਾਰੇ ਜੰਮੂ ਵਾਲੇ ਜਿਹੜੇ ਰਾਜੇ ਹੈ ਉਹ ਲਈਏ ਸੀ, ਔਰ ਤਵੀ ਦੇ ਕੰਢੇ ਜਿਹੜਾ ਮਹੱਲ ਬਣਿਆ ਜਿਸ ਮੁਬਾਰਕ ਮੰਡੀ ਅੱਜ ਆਖਦੇ ਨੇ, ਇਹ ਇਸ ਇੱਥੋਂ ਦਾ ਦਿਖੀ ਹੈ, ਇਸ ਦਾ ਸਾਰਾ ਨਕਸ਼ਾ ਉੱਥੇ ਬਣਾਇਆ ਉਹਨੇ। ਮਹਾਰਾਜਾ ਪ੍ਰਤਾਪ ਸਿੰਘ ਨਾ ਮਹਾਰਾਜਾ ਕੇ ਨਾ ਉਸਦਾ ਗੁਲਾਬ ਸਿੰਘ, ਅਤੇ ਉਹਨੇ ਜਾਈਏ ਉਹ ਵਸਾਇਆ, ਇਹ ਰਾਜ ਜਿਹੜਾ ਹੈ ਇਹ ਖਤਮ ਹੋਈ ਆ, ਅਤੇ ਉਹ ਰਾਜ ਉੱਥੇ ਜਾਈਏ ਵਸਿਆ ਜੀ। ਇੱਕ ਜਿਹਾ ਪਤਾ ਚੱਲਿਆ ਭਾਈ ਇੱਥੇ ਇੱਕ ਖੂਨੀ ਪੰਜਾ ਜਿਹੜਾ ਲੱਗਿਆ ਉਹ ਕੁਸਾ ਮਹਾਰਾਣੀ ਦਾ, ਜਿਹਨੇ ਕਿ ਪਤਾ ਲੱਗਿਆ ਭਾਈ ਉਹਦੇ ਪਤੀ ਜਿਲ੍ਹਾ ਕੈਦ ਹੋਈ ਹਨ, ਤੇ ਉਹ ਰਾਣੀ ਨੇ ਕੋਈ ਖੂਨੀ ਪੰਜਾ ਵੀ ਲਾਇਆ, ਉਹ ਵੀ ਜ਼ਿਕਰ ਹੋਇਆ? ਹਾਂਜੀ, ਉਹ ਇਹ ਸਾਡੇ ਰਾਜੇ ਜਿਹੜੇ ਭੂਰੀ ਸਿੰਘ ਰਹੇ ਆਖਰੀ ਰਾਜੇ ਆ, ਜਿਸ ਲਈ ਉਹ ਲੜਾਈ ਲੜਦੇ ਕੈਦ ਹੋਈਏ ਨਾ, ਤੇ ਰਾਣੀ ਕੀ ਪਤਾ ਲੱਗੀ ਆ ਭਾਈ ਉਹ ਕੈਦ ਹੋਈਏ ਨਾ, ਤੇ ਉਹ ਜਿਹੜੇ ਪੰਡਿਤ ਪ੍ਰੋਹ ਦੇ ਉਹ ਆਏ ਤੇ ਰਾਣੀ ਆਖਣ, ਰਾਣੀ ਨੇ ਆਖਿਆ ਤੇ ਮੇਰੀ ਰਾਜ ਦਾ ਪਤਾ ਲੱਗੀ ਦਾ ਭਾਈ ਉਹ ਰਾਜਾ ਜਿਹੜਾ ਕੈਦ ਹੋਈਏ ਦਾ, ਤੇ ਉਸਨੇ ਆਖਰੀ ਇੱਕ ਖੰਜਰ ਲਈ ਆਪਣੇ ਇੱਥੇ ਮਾਰੀ ਹੈ, ਤੇ ਖੂਨ ਦਾ ਪੰਜਾ ਜਿਹੜਾ ਜਾਂਦੀ ਉਹਨੇ ਇੱਥੇ ਲਾਈ ਤਾ। ਉਹਦੇ ਨਿਸ਼ਾਨ ਅੱਜ ਵੀ ਜਿਹੜੇ ਉਹ ਦਿਨ ਉਹਨੇ ਆਖਿਆ ਜਿਤਨੀ ਦੇਰ ਰਹੋਗੇ ਇੰਨਾ ਨਿਸ਼ਾਨ ਮੇਰਾ ਜਿਹੜਾ ਇੱਥੇ ਰਹਿਣਾ ਚਾਹੀਦਾ, ਉਹ ਰਿਹਾ ਅਜੇ ਤੱਕ ਵੀ, ਅੱਜ ਵੀ ਤੁਸੀਂ ਦੱਸਿਆ ਤੁਸੀਂ ਅਸਾਂ ਵੀ ਉਹ ਰਾਣੀ ਦਾ ਪੰਜਾ ਲੱਗੇਗਾ ਜੀ। ਦੋਸਤੋ, ਇਸ ਕਹਾਣੀ ਦੇ ਵਿੱਚ ਇੱਕ ਹੋਰ ਗੱਲ ਲੱਭਾ ਕਰਦੀ ਹੈ, ਉਸ ਰਾਣੀ ਦਾ ਸਤਿਤਵ ਜਿਹੜੀ ਅਸ ਦੇਖਦੇ ਪਈ, ਅੱਜ ਜਨਾਨੀ ਦਾ ਤੇ ਕੰਤ ਦਾ ਤੇ ਨਾਰ ਦਾ ਰਿਸ਼ਤਾ ਜਿਹੜਾ ਹੈ ਉਹ ਸਿਰਫ ਇੱਕ ਰਿਸ਼ਤੇ ਤੱਕ ਚੱਲਦਾ ਹੈ, ਪਰ ਉਹ ਪੁਰਾਣੇ ਲੋਕਾਂ ਦਾ ਜਿਹੜਾ ਰਿਸ਼ਤਾ ਹੈ ਉਹ ਜਨਮ ਜਨਮਾਂਤਰ ਦਾ ਰਹਿੰਦਾ ਹੈ, ਤੇ ਇੱਥੋਂ ਦਾ ਯੁੱਗ ਛੱਡੀਏ ਜਾਣ ਦੇ ਬਾਅਦ ਚ ਵੀ ਕਈ ਯੁੱਗੇ ਤੱਕ ਆਉਂਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਅੱਜ ਵੀ ਲੱਭਾ ਦੀ। ਇੰਨੀ ਪਵਿੱਤਰਤਾ ਆਉਂਦੀ ਰਿਸ਼ਤੇ 'ਚ ਕਿ ਜਿਲ੍ਹਾ ਉਹ ਆਪਣੇ ਪਤੀ ਕੰਨੇ ਸ਼ਹੀਦ ਹੋਈਆਂ, ਆਪਣੇ ਆਪ ਕੀ ਸਿਰਫ ਖਬਰ ਸੁਣੀ ਹੈ ਕਿ ਖੰਜਰ ਮਾਰੀਏ ਤੇ ਉਹਨੇ ਸ਼ਹਾਦਤ ਪਾਈ, ਆਪਣਾ ਖੂਨੀ ਪੰਜਾ ਜਿਹੜਾ ਨਿਸ਼ਾਨ ਛੱਡੀ ਆ, ਭਾਈ ਜਿੰਨੀ ਤੇਰਾ ਤੱਕ ਮੇਰੀ ਪਵਿੱਤਰਤਾ ਚੇਤਾ ਰਹੂ ਲੋਕਾਂ 'ਚ, ਇੰਨੀ ਤੇਰਾ ਤੱਕ ਇਹ ਜਿਹੜਾ ਨਿਸ਼ਾਨ ਹੈ ਪੰਜੇ ਦਾ ਉਹ ਇੱਥੋਂ ਦਾ ਮਿਟਕ ਨਹੀਂ। ਅੱਜ ਉਹ ਗਵਾਹੀ ਦਿਆ ਕਰਦਾ ਨਿਸ਼ਾਨ ਜਿਹੜਾ ਜਿਹਦਾ ਸੰਰਕਸ਼ਣ ਇੱਕ ਬਾਰੇ ਪਿੰਜਰਾ ਲਾਈ ਹੈ, ਇੱਕ ਜਾਲੀ ਲਾਈ ਹੈ, ਅੱਜ ਵੀ ਇੱਥੋਂ ਦੇ ਲੋਕਾਂ ਉਸੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲਬਾਤ ਦਾ ਸਿਰਿਸ਼ਤਾ ਸਾਂਝਾ ਕਰਦਾ ਦੋਸਤੋ, ਹੁਣ ਮਹਿਲਾ ਦੀ ਹੋਰ ਅਸ ਸੈਰ ਕਰਨੇ ਆ, ਹੋਰ ਕਿਸ ਲੱਭਦਾ ਉਹ ਵੀ ਤੁਹਾਡੇ ਕੰਨੇ ਸਾਂਝ ਕਰਨ ਦੀ ਕੋਸ਼ਿਸ਼ ਕਰਨਾ।
दोस्तों मैं जसरोटा महलें दे जिहड़े आखिरी महल उपर जिहड़ा टाप पर महल बने दा उस महल की एक दीवार पर खड़ोते दा तुस दीवार दिखा करदे हो भई किन्नी चौड़ी है ते किन्नी मोटी है। इस दीवार पर चली है मिगी इतिहास पूरा इ'यां लगा करदा कि वह दिन मिगी चेता आवा करदे न भई कियां इत्थे लोकें राज कीता होना, कियां लोकें दा न्याय होंदा हा। जियां ये आखा करदे न भई ये जिहड़ी इत्थे सभा बौंदी ही इत्थे लोकें दे कई फैसले होंदे हे जिहड़े सिक्योरिटी रिलेटड गल्लां जां डिफेंस दियां गल्लां इत्थे बेहियां होंदियां हां। कन्ने गै इत्थे गै हर रानी दा बखरा बखरा महल है, बखरे बखरे तलाब, बखरे बखरे खूह, बखरी बखरिया पौड़ियां, जिथे इत्थे कन्ने गै कुछ ऐसे भी जगह बने दे, स्थान बने दे जिथे जिहड़ा न्याय होंदा हा ते न्याय दा बाद च जिहनें गी कारावास दित्ती जांदी ही उह भी इत्थे बने दे। पर इन्हें महलें गी दिक्खिए हुण मन नहीं करा दा कि अस तुहाडे कोला विदा लैचै। अस चाहने कि ये महल जिहड़े न ये दोबारा बनन, असें भी मौका मिले अस इत्थे सैर करन आउचै। पर अज इन्हें खंडरें गी दिक्खिए रूह ते दुखी होआ करदा, पर इक ही रखा करना सरकार कोला कि इन्हें महलें दा दोबारा कोई पुनर्जीव होऐ। अज दा अंक इन्हें महलें दा हाल दिखिए अस इत्थों विदा लैने की कोशिश करा करने, उम्मीद जिहड़ी है उसकी अपने दिलां विच जगाइया जा करने भई ये महल जिहड़े दोबारा बनन। अज दा अंक इत्थे गै संपन्न करने की दोस्तों तुहाडे कोला आगे चाहने। हाँ, अगर तुस भी अपने ग्रां से ही साथ देना चाहते हो संपर्क कर सकते हो, घंटी मार सकते हो साढ़े इन्हें नंबरें पर। जेके मीडिया ग्रुप बिल्डिंग कॉम्प्लेक्स, फर्स्ट फ्लोर सत्यम रिसोर्ट, चिकुटा नगर एक्सटेंशन जम्मू, तो तुस साढ़े इन्हें नंबरें पर संपर्क कर सकते हो 0191-2482391 ते 9419206088। तो तुस ईमेल उपर भी संपर्क करी सकते हो। साड़ा ईमेल अड्रेस है kasgjkm@gmail.com। इदे कन्ने गे कैमरामैन कुलदीप राज गी ते मिगी प्रवीण शर्मा गी दियो आ गया, नमस्कार। Yeah।